एक्वा प्रेशर आला वोटर है जसविंदर सिंह सन और प्रीतम सिंह लक्कड़ मंडी दे साडे शहर दा सब तो पुराना वुडन मर्चेंट है लक्कड़ लिया चीर के लक्कड़ वेचदा है ठीक है। वो बंदा 100 रुपया प्रवीण चावला जी की दुकान से देके वोट बना के आया ओदी वोट ओदे दो भरावां दी बन गई 300 रुपया दे के आए ठीक है। 3 वोटां बना के आए ਉਹਨਾਂ ਦੇ 2 ਭਰਾਵਾਂ ਦੀ ਬਣਾ ਦਿੱਤੀ ਤੀਜੇ ਦੀ ਕੱਢ ਦਿੱਤੀ ਠੀਕ ਹੈ। ਹਰਮਿੰਦਰ ਜੀ ਇਹਦੇ ਚ ਕੀ ਹੈ ਐਕਚੁਅਲ ਦੇ ਵਿੱਚ ਕੀ ਹੈ ਜਿਹੜੀ 10 ਮੈਂਬਰੀ ਕਮੇਟੀ ਹੈ ਇਹਦੇ ਚੋਂ 2-3 ਬੰਦਿਆਂ ਨੂੰ ਛੱਡ ਦਈਏ ਬਾਕੀ ਦੇ ਜਿਹੜੇ ਬੰਦੇ ਨੇ ਉਹ ਨਾ ਫ੍ਰੀ ਦੀ ਲੀਡਰੀ ਆਪਦੀਆਂ ਚਮਕਾਉਣਾ ਚਾਹੁੰਦੇ ਆ। ਨਵੇਂ 40-111 ਠੀਕ ਇਸ ਬੰਦੇ ਦਾ ਕੋਈ ਕਾਰੋਬਾਰ ਹੀ ਨਹੀਂ ਲਿਖਿਆ ਹੋਇਆ ਵਪਾਰ ਮੰਡਲ ਦੀਆਂ ਵੋਟਾਂ ਨੇ ਜੀ ਮੈਨੂੰ ਇਹ ਦੱਸੋ ਵੀ ਇਹ ਬੰਦੇ ਦੀ ਵੋਟ ਬਣੀ ਹੈ ਇਹਦਾ ਕੀ ਕਾਰੋਬਾਰ ਹੈ। 899 ਵੋਟ ਨੰਬਰ 2649 ਠੀਕ ਹੈ ਇਹ ਰਜਿੰਦਰਪਾਲ ਠੀਕ ਹੈ ਠੀਕ ਹੈ ਜੀ ਠੀਕ ਹੈ। ਹੁਣ ਧਰਮਿੰਦਰ ਜੀ ਇਹਦੇ ਘਪਲਾ ਇਹ ਹੋਇਆ ਵੀ 9,000-10,000 ਫਾਰਮ ਛਪ ਗਏ 9,000 ਨੰਬਰ ਦਾ ਫਾਰਮ ਦਾ ਤਾਂ ਲਿਸਟ ਨੰਬਰ ਹੈ ਠੀਕ ਹੈ। 100 ਰੁਪਿਆ ਇੱਕ ਬੰਦੇ ਤੋਂ ਲਿਆ ਗਿਆ 9-10 ਲੱਖ ਰੁਪਿਆ ਇਕੱਠਾ ਕਰਕੇ ਸਾਨੂੰ ਕਹਿੰਦੇ ਨੇ ਵੋਟ ਬਣੀ ਹੈ 4400 ਇਹ 4,60,000 ਰੁਪਿਆ ਕੌਣ ਖਾ ਗਿਆ ਪਹਿਲਾਂ ਇਹ ਜਾਂਚ ਕਰੋ। ਜਾਲੀ ਵੋਟਾਂ ਬੜੇ ਵੱਡੇ ਪੱਧਰ ਤੇ ਬਣਾਈਆਂ ਗਈਆਂ। ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਇਸ ਵਕਤ ਮੈਂ ਮੌਜੂਦ ਹਾਂ ਵਪਾਰ ਮੰਡਲ ਦੇ ਜਿਹੜੇ ਕਿ ਅਬੋਹਰ ਦੇ ਚੋਣ ਹੋਣ ਜਾ ਰਿਹਾ ਉਹਨਾਂ ਦੇ ਕੈਂਡੀਡੇਟ ਨੇ ਸਤੀਸ਼ ਸ਼ਰਮਾ ਜੀ। ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਮੁੱਦੇ ਕੀ ਰਹਿਣ ਵਾਲੇ ਹੈ ਤੇ ਕਿਹੜੀਆਂ ਗੱਲਾਂ ਨੂੰ ਲੈ ਕੇ ਜਨਤਾ ਦੇ ਵਿੱਚ ਜਾ ਰਹੇ ਹੈ ਤੇ ਕੁਛ ਜਿਹੜੇ ਕਿ ਵਾਇਰਲ ਹੋ ਰਹੀਆਂ ਨੇ ਲਿਸਟਾਂ ਵੋਟਰਾਂ ਦੀਆਂ ਉਹਨਾਂ ਬਾਰੇ ਇਹਨਾਂ ਦਾ ਕੀ ਕਹਿਣਾ। ਸਰ ਸਵਾਗਤ ਹੈ ਤੁਹਾਡਾ। ਧੰਨਵਾਦ ਜੀ ਧਰਮਿੰਦਰ ਜੀ। ਸਤੀਸ਼ ਜੀ ਇਹ ਦੱਸੋ ਵੀ ਚੋਣਾਂ 'ਚ ਆਉਣ ਦਾ ਮਕਸਦ ਕੀ ਹੈਗਾ ਤੁਹਾਡਾ ਜੀ? ਚੋਣਾਂ 'ਚ ਆਉਣ ਦਾ ਮਕਸਦ ਤਾਂ ਸਿਰਫ ਇਹੀ ਹੈ ਵੀ ਜਿਹੜਾ ਅਬੋਹਰ ਸ਼ਹਿਰ 'ਚ 10-15 ਬੰਦੇ ਨੇ ਜਿਹੜੇ ਕਿ ਘੁੰਮ ਘੁੰਮ ਆ ਕੇ ਕਦੇ ਕੋਈ ਕਿਸੇ ਕਮੇਟੀ ਦਾ ਮੈਂ ਪ੍ਰਧਾਨ ਬਣ ਜਾਂਦਾ ਕਦੇ ਕੋਈ ਕਿਸੇ ਕਮੇਟੀ ਦਾ ਪ੍ਰਧਾਨ ਬਣ ਜਾਂਦਾ ਜੰਗਲ ਰਾਜ ਤੋਂ ਇਹਨਾਂ ਦੇ 10-15 ਜਿਹੜੇ ਸਵੈਭੂ ਪ੍ਰਧਾਨ ਹੈ ਇਹਨਾਂ ਤੋਂ ਵੀ ਹੋਰ ਸ਼ਹਿਰ ਦਾ ਨਜਾਤ ਦਵਾਈ ਜਾਵੇ। ਠੀਕ ਹੈ ਹੋਰ ਕੀ ਮੁੱਦੇ ਰਹਿਣਗੇ ਵਪਾਰੀਆਂ ਵਾਸਤੇ? ਕੀ ਮੁੱਦੇ ਵਪਾਰੀਆਂ ਵਾਸਤੇ ਤਾਂ ਇਹ ਜੀ ਵਪਾਰੀਆਂ ਦੇ ਹੱਕਾਂ ਦੀ ਗੱਲ ਰੱਖਾਂਗੇ ਟਾਈਮ ਕੱਢਾਂਗੇ ਵਪਾਰੀਆਂ ਵਾਸਤੇ ਦੁੱਖ ਸੁੱਖ 'ਚ ਉਹਨਾਂ ਦੇ ਨਾਲ ਜਿੰਨੇ ਜੋਗੇ ਹੈਗੇ ਖੜਾਂਗੇ। ਕੁਛ ਗੱਲਾਂ ਆ ਰਹੀਆਂ ਸੀ ਕਿ ਜਿਹੜੇ ਕੈਂਡੀਡੇਟ ਹੈ ਉਹ ਰਾਜਨੀਤਿਕ ਨਹੀਂ ਹੋਣੇ ਚਾਹੀਦੇ ਲੇਕਿਨ ਘੁੰਮ ਫਿਰ ਕੇ ਗੱਲ ਉਹ ਆ ਗਈ ਕਿ ਕੈਂਡੀਡੇਟ ਫਿਰ ਰਾਜਨੀਤਿਕ ਜੀ ਇਹ ਹਿੰਦੁਸਤਾਨ ਹੈ ਹਿੰਦੁਸਤਾਨ 'ਚ ਵੀ ਪੰਜਾਬ ਹੈ ਇੱਥੇ ਮੰਦਰਾਂ 'ਚ ਵੀ ਰਾਜਨੀਤੀ ਹੈ ਲੰਗਰ ਹੁੰਦਾ ਉਹਦੇ 'ਚ ਵੀ ਰਾਜਨੀਤੀ ਵੀ ਫਲਾਨਾ ਬੰਦਾ ਟਿਫਨ ਲੈ ਗਿਆ ਉਹ ਅਕਾਲੀ ਦਲ ਦਾ ਸੀਗਾ ਉਹਨੂੰ ਤਾਂ ਲੰਗਰ ਟਿਫਨ 'ਚ ਪਾਤਾ ਕਾਂਗਰਸ ਦਾ ਸੀ ਤਾਂ ਪਾਤਾ ਇਹ ਤਾਂ ਫਿਰ ਵਪਾਰ ਮੰਡਲ ਦੇ ਮਤਲਬ ਪ੍ਰਧਾਨਗੀ ਹੈ ਰਾਜਨੀਤੀ ਤਾਂ ਚੱਲੂਗੀ। ਠੀਕ ਹੈ ਰਾਜਨੀਤੀ ਤੁਸੀਂ ਸਮਝਦੇ ਹੋ ਕਿ ਰਾਜਨੀਤੀ ਚੱਲੇਗੀ? ਉਹ ਤਾਂ ਚੱਲ ਹੀ ਰਹੀ ਹੈ ਜੀ। ਠੀਕ ਹੈ ਇੱਕ ਜਿਹੜੀ ਸਰਵਸੰਮਤੀ ਹੋਈ ਉਹਨੂੰ ਕੀ ਮੰਨਦੇ ਹੋ ਤੁਸੀਂ ਉਹ ਠੀਕ ਸੀ ਜਾਂ ਮਤਲਬ ਚੋਣਾਂ ਹੋਣੇ ਠੀਕ ਹੈ? ਦੇਖੋ ਜੀ ਸਰਵਸੰਮਤੀ ਸਾਨੂੰ ਕੋਈ ਸਰਵ ਇਲੈਕਸ਼ਨ ਲੜਨ ਦਾ ਸ਼ੌਂਕ ਨਹੀਂ ਹੈਗਾ ਵੀ ਅਸੀਂ ਐਵੇਂ ਇੱਥੇ ਕੋਈ ਅਸੀਂ ਵਿਹਲੇ ਨਹੀਂ ਹੈਗੇ ਇੰਨੇ ਵੀ ਇਲੈਕਸ਼ਨ ਹੀ ਲੜੀ ਜਾਈਏ। ਸਰਵਸੰਮਤੀ ਇਹ ਹੈ ਪੰਕਜ ਨਰੂਲਾ ਸਰਵਸੰਮਤੀ ਨਾਲ ਪ੍ਰਧਾਨ ਬਣਿਆ ਤੇ ਸਰਵਸੰਮਤੀ ਹੋਈ ਕੀ ਦੀ? ਠੀਕ ਹੈ ਹਬੋਰ ਦੇ ਵਿੱਚ ਮਠਿਆਈ ਦਾ ਕਾਰੋਬਾਰ ਕਰਦੇ ਨੇ ਰਤਾਸ਼ ਜੀ ਗੁਪਤਾ ਚਾਨਣ ਵਾਲ ਸਵੀਟਸ ਵਾਲੇ। ਠੀਕ ਹੈ ਮਤਲਬ ਸਾਡੇ ਇਲਾਕੇ ਦੇ ਸਭ ਤੋਂ ਮਸ਼ਹੂਰ ਉਹਨਾਂ ਦਾ ਕੰਮ ਹੈ ਕਿ ਉਹਨਾਂ ਨੂੰ ਉੱਥੇ ਬੁਲਾਇਆ ਗਿਆ। ਠੀਕ ਹੈ ਜਾਂ ਉਹ ਆਪਦੀ ਹਲਵਾਈ ਬੇਕਰੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹੈ ਘੱਟੋ ਘੱਟ ਯੂਨੀਅਨ ਦਾ ਇੱਕ ਨੁਮਾਇੰਦਾ ਉੱਥੇ ਸੀ। ਮੈਂ ਪ੍ਰੋਪਰਟੀ ਡੀਲਰ ਕਲੋਨਾਈਜ਼ਰ ਐਸੋਸੀਏਸ਼ਨ ਦਾ ਚੇਅਰਮੈਨ ਹੈ ਮੇਰੇ ਨਾਲ 300-400 ਮੈਂਬਰ ਹੈ ਕੰਮ ਕਰਦੇ ਹੈ ਵਪਾਰ ਕਰਦੇ ਹੈ ਕਿ ਸਾਨੂੰ ਬੁਲਾਇਆ ਗਿਆ ਉਹ ਤਾਂ ਇੱਕ ਪੰਕਜ ਨਰੂਲੇ ਨੇ ਆਪਦਾ ਹੀ ਸਾਂਠ ਗਾਂਠ ਕਰਕੇ ਸਾਨੂੰ ਤਾਂ ਇਹ ਨਹੀਂ ਪਤਾ ਲੱਗ ਗਿਆ ਜਗਤ ਵਰਮਾ ਵੇਅਰਵੈਲ ਇੰਪੋਰੀਅਮ ਦਾ ਮਾਲਕ ਹੈ ਪੂਰੇ ਇੰਡੀਆ ਦੇ ਵਿੱਚ ਉਹਦਾ ਨਾਂ ਹੈ ਇੰਡੀਆ ਦੀ ਇੱਕ ਮਸ਼ਹੂਰ ਹਸਤੀ ਹੈ। ਬਿਲਕੁਲ ਕਿ ਉਸ ਵਪਾਰ ਮੰਡਲ ਦੀ ਜਿਹੜੀ ਸਰਵਸੰਮਤੀ ਹੋਈ ਉੱਥੇ ਉਹ ਸੀਗਾ। ਬਿਲਕੁਲ ਮਨਮੋਹਨ ਗੋਇਲ ਕਰਿਆਨੇ ਦਾ ਉਹਨਾਂ ਦਾ 100 ਸਾਲ ਪੁਰਾਣਾ ਕੰਮ ਕਾਰੋਬਾਰ ਹੈ ਕਿ ਉੱਥੇ ਉਹ ਸੀਗਾ ਖਰੈਤੀ ਦੀ ਹੱਟੀ ਵਾਲੇ ਹੋ ਗਏ ਤੁਸੀਂ ਸਾਰੇ ਸ਼ਹਿਰ 'ਚ ਆਪਾਂ ਜਾਣਦੇ ਹੀ ਹੋ ਸਾਰੇ ਪ੍ਰਮੁੱਖ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਜਿੰਨੇ ਵੀ ਬੰਦੇ ਆ ਉਹਨਾਂ 'ਚੋਂ ਕਿਹੜਾ ਬੰਦਾ ਪ੍ਰਮੁੱਖ ਵਪਾਰੀਆਂ 'ਚੋਂ ਉੱਥੇ ਇੱਕ ਵੀ ਸੀਗਾ? ਠੀਕ ਹੈ ਜਾਂ ਮੰਨ ਲਓ ਸੁਰੇਸ਼ ਤੀਜਾ ਇਲੈਕਸ਼ਨ ਲੜ ਰਿਹਾ ਹੁਣ ਵਪਾਰ ਮੰਡਲ ਦਾ ਪੈਸਟੀਸਾਈਡ ਦਾ ਪ੍ਰਧਾਨ ਹੈ ਉਹੀ ਉਹ ਵੀ ਹੈ ਨਹੀਂ ਸੀ ਚਾਹੇ ਉਹ ਮੇਰਾ ਵਿਰੋਧੀ ਹੈ ਕਿ ਉਸ ਮੀਟਿੰਗ 'ਚ ਉਹ ਹੈਗਾ ਸੀ। ਠੀਕ ਹੈ ਕੋਈ ਵੀ ਮਤਲਬ ਕੋਈ ਵਪਾਰੀ ਨਹੀਂ ਸੀ ਉਹ ਸਿਰਫ ਇੱਕ ਆਪਦੇ ਨਿੱਜੀ ਦੋਸਤਾਂ ਨੂੰ ਸੱਦ ਕੇ ਗੁੰਮਰਾਹ ਕਰਕੇ ਵਿਪਨ ਨਾਗਪਾਲ ਭੱਠੇ ਵਾਲਾ ਉੱਥੇ ਸਾਡੇ ਭੱਠਾ ਯੂਨੀਅਨ ਦਾ ਪ੍ਰਧਾਨ ਹੈ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਵੀ ਇੱਥੇ ਉਹ ਸਾਡੇ ਕਾਰਜਕਾਰਨੀ ਵਾਲੇ ਆ ਰਹੇ ਨੇ। ਠੀਕ ਹੈ ਜੀ ਤੇ ਤੁਸੀਂ ਉਹਨਾਂ ਦਾ ਸਵਾਗਤ ਕਰਨਾ ਤੇ ਉਹਨਾਂ ਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਇਹ ਤਾਂ ਉਹ ਆਪਦੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਨ ਲੱਗ ਗਿਆ ਵੀ ਮੇਰੇ ਨਾਲ ਇਹ ਕੀ ਹੋ ਗਿਆ ਮਤਲਬ ਉਹ ਠੀਕ ਨਹੀਂ ਹੋਈ ਚੋਣਾਂ ਮਤਲਬ ਇੱਕ ਤਰ੍ਹਾਂ ਦਾ ਉਹ ਚੋਣਾਂ ਥੋੜੀ ਹੈ ਜੀ ਤਾਂ ਤੁਸੀਂ ਆਪ ਘਰੇ ਪ੍ਰਧਾਨ ਬਣ ਜਾਓ ਮੈਂ ਆਪਦੇ ਘਰੇ ਪ੍ਰਧਾਨ ਬਣ ਜਾਣਾ। ਠੀਕ ਹੈ ਜੀ ਹੁਣ ਤਾਂ ਹੈਗੇ ਹੀ ਆਪਾਂ ਸਾਰੇ
अज एक तुसी प्रेस कॉन्फ्रेंस की थी, बाई चांस मैं नहीं सीगा उदो, उस तो पहले एक लिस्ट जारी हो गई सी वोटर की जिहड़ी कि बार बार गल आ रही थी कि जिहड़े रमिंदर जी इहदे च इहदे च की है एक्चुअल दे विच की है जिहड़ी 10 मैंबरी कमेटी है इहदे चों 2-3 बंदियां नूं छड्ड दिए बाकी दे जिहड़े बंदे ने उह ना फ्री दी लीडरी आपदियां चमकाउणा चाहुंदे आ। ठीक है, अर्जन डेवला जी एक साफ सुथरे सदस्य है, उन्हां दा कुसे काम च कोई दखल नहीं हैगा, उन्होंने इस 10 मैंबरी कमेटी च मैं तो यह समझदा है भी उन्होंने शान के खिलाफ है भी उन्होंने 10 मैंबरी कमेटी च होना क्योंकि उन्होंने रुतबा नहीं है क्योंकि लोग 10 मैंबरी कमेटी को गाला कढ़ते हैं तो वह मैं बिना गल तो उन्होंने भी महसूस होनी होंगे। विपिन नागपाल साफ सुथरी छवि का बंदा है, वह काम कर रहा है उत्थे, परमिल कलानी साफ सुथरी छवि का बंदा, कुछ बंदे ने जेडे कि बिना गल तो आपकी लीडरी चमकाते हैं। लीड लिस्ट की गल यह है बई सानू अज 8 दिन हो गए वोटां दी बंदियां बंद होईयां नूं, लिस्ट आ रही है लिस्ट जा रही है लिस्ट आ रही है लिस्ट जा रही है। धर्मेंद्र जी तुसी पत्रकार हो, 4400 वोट बनी है, 10 अक्षरां दा एक बंदे दा नाम हुंदा, एदू वध दा नहीं हुंदा, 10 अक्षरां दा टैलीफोन नंबर हुंदा, 20 अक्षर हो गए, 20 अक्षरां दा एड्रैस कारोबार यूनियन, 40 अक्षर हो गए, 20 अक्षर होर ला लो 60 अक्षर हो गए, 4400 × 60 25,000 शब्द छापने से ਜਾਂ ਕਿੰਨੇ ਇੰਨੇ ਕੀ ਬਣਨਗੇ, ਬਿਲਕੁਲ 25,000 ਸ਼ਬਦ ਪ੍ਰਿੰਟ ਕਰਨ ਲੱਗਿਆ ਕਿੰਨਾ ਕੁ ਟਾਈਮ ਲੱਗਦਾ ਹੈ? ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਜੀ, ਅਲਫਾਬੈਟਿਕਲੀ ਪ੍ਰਿੰਟ ਕਰਨੇ ਸੀ, ਉਦੋਂ ਬਾਅਦ ਉਹ ਛਾਂਟਣੇ ਸੀ, ਛਾਂਟਣ 'ਤੇ ਜੀ ਸ਼ਹਿਰ ਦੇ ਧਰਮਿੰਦਰ ਜੀ ਤੁਸੀਂ ਅਖਬਾਰ ਸ਼ਹਿਰ 'ਚ ਰਹਿੰਦੇ ਹੋ, ਮੈਂ ਤੁਹਾਨੂੰ 4500 ਵੋਟ ਦੀ ਪਰਚੀ ਦੇ ਦਿੰਦਾ ਫੋਟੋਆਂ ਸਣੇ, ਜਿਹਦੇ 'ਚੋਂ ਮੈਂ ਗਰੰਟੀ ਕਰਦਾ 2500 ਬੰਦੇ ਨੂੰ ਤਾਂ ਤੁਸੀਂ ਰੂਟੀਨ 'ਚ ਜਾਣਦੇ ਹੋਵੋਗੇ, ਆਹ ਦੁਕਾਨ ਉੱਥੇ ਆ ਦੁਕਾਨ ਉੱਥੇ ਆ, ਕੋਈ ਰੌਲਾ ਹੀ ਨਹੀਂ। ਬਿਲਕੁਲ 2000 ਵੋਟ ਦੀ ਵੈਰੀਫਿਕੇਸ਼ਨ ਕਰਨੀ ਸੀ, ਕੱਲ ਸਾਨੂੰ ਮੀਟਿੰਗ 'ਚ ਬੁਲਾਇਆ ਗਿਆ। ਪਹਿਲੀ ਗੱਲ ਤਾਂ ਕੱਲ ਵਾਲੀ ਮੀਟਿੰਗ 'ਚ 15-20 ਬੰਦੇ ਇਹੋ ਜਿਹੇ ਸੀ ਜਿਹੜੇ ਕਿ ਉਹਨਾਂ 10 ਮੈਂਬਰੀ ਕਮੇਟੀ 'ਚ ਹੈ ਨਹੀਂ, ਉਹ ਉੱਥੇ ਆ ਗਏ ਆਲੂ ਚਾਟ ਖਾਣ ਆ ਜਾਂਦੇ ਨੇ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਕਾਹਦੇ ਵਾਸਤੇ ਬੁਲਾਏ ਜਾਂਦੇ ਨੇ। ਜਿਹੜੇ ਬੰਦੇ ਕਮੇਟੀ 'ਚ ਨਹੀਂ ਹੈਗੇ ਵੀ ਉੱਥੇ ਲਿਆਓ ਜੀ ਆਲੂ ਚਾਟ ਲਿਆਓ ਅਤੇ ਪਾਣੀ ਦੀਆਂ ਬੋਤਲਾਂ ਲਿਆਓ, ਸਾਡੇ ਕਮੇਟੀ ਦੇ ਜਿਹੜੇ ਪੈਸੇ ਇਕੱਠੇ ਹੋਏ ਨੇ 5 ਲੱਖ ਰੁਪਇਆ ਉਹਦਾ ਦੁਰਉਪਯੋਗ ਹੋ ਰਿਹਾ। ਠੀਕ ਹੈ ਫਰੀ ਦੀ ਲੀਡਰੀ ਚਮਕਾ ਰਹੇ ਨੇ। ਦੂਜੀ ਗੱਲ, ਕੱਲ ਸਾਨੂੰ ਕਹਿੰਦੇ ਜੀ ਲਿਸਟ ਤੁਹਾਨੂੰ ਕੱਲ 5 ਵਜੇ ਦੇ ਦਿਆਂਗੇ। ਠੀਕ ਹੈ, ਕਰਦੇ ਕਰਾਉਂਦੇ ਆ ਜੀ, ਅੱਜ 5:20 ਵੱਜ ਗਏ। ਠੀਕ ਹੈ, 5 ਵਜੇ ਸਾਨੂੰ ਇਹਨਾਂ ਨੇ ਜਵਾਬ ਦਿੱਤਾ ਕੀ ਜੀ, ਅੱਡੋ ਅੱਡ ਸਾਰੇ ਸਦੱਸਿਆਂ ਨੇ ਅੱਡੋ ਅੱਡ ਬਿਆਨ ਦਿੱਤੇ ਵੀ ਉਹ ਜੀ CMC ਕੰਪਿਊਟਰ ਵਾਲੇ ਨੂੰ ਬਣ ਨਹੀਂ ਦਿੱਤੀ ਆ, ਉਹ ਫਲਾਣੇ ਨੂੰ ਦਿੱਤੀ ਆ, ਉਹ ਧਮਕੇ ਨੂੰ ਦਿੱਤੀ ਆ, ਤੇ ਉਹ ਲਿਸਟ ਹੈ ਜਿਹੜੀ ਕੱਲ ਨੂੰ ਮਿਲੂਗੀ ਤੁਹਾਨੂੰ, ਅੱਜ ਅਸੀਂ ਦੇ ਨਹੀਂ ਸਕਦੇ। ਠੀਕ ਹੈ, ਅੱਧੇ ਘੰਟੇ ਬਾਅਦ ਸਾਨੂੰ ਸਾਡੇ ਕਿਸੇ ਸੱਜਣ ਦਾ ਫੋਨ ਆਉਂਦਾ ਜੀ, ਮੇਰੀ ਵੋਟ ਲਿਸਟ ਨੰਬਰ ਇੰਨਾ ਹੈ ਤੇ ਮੇਰਾ ਨਾ ਧਿਆਨ ਰੱਖਿਓ, ਮੈਨੂੰ ਯਾਦ ਕਰਾ ਦਿਓ। ਅਸੀਂ ਆਖਾਂ ਤੇਰੇ ਕੋਲ ਨੰਬਰ ਕਿੱਥੋਂ ਆ ਗਿਆ? ਉਹ ਕਹਿੰਦਾ ਮੈਨੂੰ ਦੂਜੀ ਪਾਰਟੀ ਦੱਸ ਗਈ। ਕਹਿੰਦਾ ਦੱਸ ਗਈ ਤਾਂ ਕੋਈ ਨਹੀਂ, ਵੋਟ ਤਾਂ ਮੈਂ ਤੁਹਾਨੂੰ ਪਾਉਣੀ ਹੈ। ਜਦੋਂ ਅਸੀਂ ਇਹਨਾਂ ਨੂੰ ਪੁੱਛਿਆ, ਜਿਹੜੇ ਬੰਦੇ ਸਾਨੂੰ ਇਹ ਕਹਿ ਰਹੇ ਸੀ ਵੀ ਬੰਦਾ ਬਾਹਰ ਗਿਆ ਹੋਇਆ, ਹੋਰੋਂ 100 ਕਿਲੋਮੀਟਰ ਦੂਰ ਹੈ, ਰਾਤ ਨੂੰ ਆਊਗਾ, ਕੱਲ ਨੂੰ ਦੇਊਗਾ, ਇਹਨਾਂ ਨੇ ਆਨਣ ਫਾਨਣ 'ਚ ਸਾਨੂੰ ਲਿਸਟਾਂ ਭੇਜਤੀਆਂ। ਲਿਸਟ ਤੁਸੀਂ ਮੰਗੀ ਸੀ, ਲੇਕਿਨ ਲਿਸਟ ਜਿਹੜੀ ਜੀ ਇਸ ਲਿਸਟ 'ਚ 8499 ਵੋਟ ਨੰਬਰ 2659। ਠੀਕ ਹੈ, ਇਹ ਰਜਿੰਦਰਪਾਲ। ਠੀਕ ਹੈ, ਠੀਕ ਹੈ ਜੀ। ਠੀਕ ਹੈ, ਹੁਣ ਧਰਮਿੰਦਰ ਜੀ ਇਹਦੇ ਘਪਲਾ ਇਹ ਹੋਇਆ ਵੀ 9,000-10,000 ਫਾਰਮ ਛਪ ਗਏ, 9,000 ਨੰਬਰ ਦਾ ਫਾਰਮ ਦਾ ਤਾਂ ਲਿਸਟ ਨੰਬਰ ਹੈ। ਠੀਕ ਹੈ, 100 ਰੁਪਇਆ ਇੱਕ ਬੰਦੇ ਤੋਂ ਲਿਆ ਗਿਆ, 9-10 ਲੱਖ ਰੁਪਇਆ ਇਕੱਠਾ ਕਰਕੇ ਸਾਨੂੰ ਕਹਿੰਦੇ ਨੇ ਵੋਟ ਬਣੇ ਆ 4400। ਇਹ 4,60,000 ਰੁਪਇਆ ਕੌਣ ਖਾ ਗਿਆ ਪਹਿਲਾਂ ਇਹ ਜਾਂਚ ਕਰੋ। ਠੀਕ ਹੈ, ਦੂਜੀ ਗੱਲ, ਐਕੁਆ ਪ੍ਰੈਸ਼ਰ ਵਾਲਾ ਵੋਟਰ ਹੈ। ਠੀਕ ਹੈ, ਜਸਵਿੰਦਰ ਸਿੰਘ ਸਨ ਉਹ ਪ੍ਰੀਤਮ ਸਿੰਘ ਲੱਕੜ ਮੰਡੀ ਦੇ ਵਿੱਚ ਸਾਡੇ ਸ਼ਹਿਰ ਦਾ ਸਭ ਤੋਂ ਪੁਰਾਣਾ ਵੁਡਨ ਮਰਚੈਂਟ ਹੈ, ਲੱਕੜ ਲਿਆਉਂਦਾ ਚੀਰ ਕੇ ਲੱਕੜ ਵੇਚਦਾ। ਠੀਕ ਹੈ, ਉਹ ਬੰਦਾ 100 ਰੁਪਇਆ ਪ੍ਰਵੀਨ ਚਾਵਲਾ ਜੀ ਦੀ ਦੁਕਾਨ ਤੇ ਦੇ ਕੇ ਵੋਟ ਬਣਾ ਕੇ ਆਇਆ। ਠੀਕ, ਉਹਦੀ ਵੋਟ ਉਹਦੇ 2 ਭਰਾਵਾਂ ਦੀ ਬਣ ਗਈ, ਉਹ 300 ਰੁਪਇਆ ਦੇ ਕੇ ਆਏ। ਠੀਕ ਹੈ, 3 ਵੋਟਾਂ ਬਣਾ ਕੇ ਆਏ, ਉਹਨਾਂ ਦੇ 2 ਭਰਾਵਾਂ ਦੀ ਬਣਾ ਦਿੱਤੀ, ਤੀਜੇ ਦੀ ਕੱਢ ਦਿੱਤੀ। ਠੀਕ ਹੈ, ਉਹ 100 ਰੁਪਇਆ ਹਜ਼ਮ ਹੋ ਗਿਆ। ਠੀਕ ਹੈ, ਐਸੇ ਕਰਕੇ ਐਵੇਂ 100-100 ਕਰਕੇ 4,60,000 ਦਾ ਘਪਲਾ ਕਰ ਗਏ। ਮੈਂ DC ਸਾਹਿਬ SDM ਸਾਹਿਬ ਨੂੰ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜਿਹੜੇ 9,000 ਫਾਰਮ 100-100 ਰੁਪਏ ਦੇ ਵੇਚੇ ਹੈ, ਪਹਿਲਾਂ ਤਾਂ ਇਹ 9,000 ਫਾਰਮਾਂ ਦੇ ਪੈਸੇ ਕਿੱਥੇ ਆ ਉਹਦੀ ਜਾਂਚ ਕਰਾਈ ਜਾਵੇ ਇਹਨਾਂ 10 ਮੈਂਬਰੀ ਕਮੇਟੀ ਨੂੰ ਫੜ ਕੇ। ਠੀਕ ਹੈ, ਬਾਕੀ ਗੱਲਾਂ ਬਾਅਦ ਦੀਆਂ। ਠੀਕ ਹੈ, ਵੀ ਜਿਹੜੇ ਬੰਦੇ ਨੇ ਪੈਸੇ ਦਿੱਤੇ ਨੇ ਉਹਦੀ ਵੋਟ ਨਹੀਂ ਬਣੀ, ਜਾ ਕੇ ਲੱਕੜ ਮੰਡੀ ਚੈੱਕ ਕਰੋ, ਹਵੋਰ ਸ਼ਹਿਰ ਦਾ ਸਭ ਤੋਂ ਪੁਰਾਣਾ ਵੁਡਨ ਮਰਚੈਂਟ ਹੈ ਜਸਵਿੰਦਰ ਸਿੰਘ। ਠੀਕ ਹੈ, ਇੱਕੋ ਇੱਕ ਘਰ ਹੈ, ਲੱਕੜ ਲਿਆਉਂਦਾ ਹੈ ਵਿਚਾਰਾ ਆਪਦੀ ਤੜਕੇ 50,000-40,000 ਦੀ, ਉਹਨੂੰ ਚੀਰਦਾ ਬਾਲੇ ਬਣਾਉਂਦਾ ਫਿਰ ਉਹਨੂੰ ਵੇਚਦਾ। ਉਹ ਗਰੀਬ ਬੰਦਾ ਚਾਹ ਨਾਲ ਵੋਟ ਬਣਾਉਣ ਗਿਆ ਵੀ ਅਸੀਂ 3 ਭਰਾ ਵੋਟ ਬਣਾ ਲਏ, ਇਹ 2 ਦੀ ਬਣਾ ਤੀ 1 ਦੀ ਕੱਟਤੀ। ਆਹ 2 ਬੰਦੇ ਐਕੋ ਪ੍ਰੈਸ਼ਰ ਵਾਲੇ ਦੀ ਵੋਟ ਦਾ ਆਧਾਰ ਕੀ ਹੈ? ਠੀਕ, ਮੈਨੂੰ ਤਾਂ ਐਕੋ ਪ੍ਰੈਸ਼ਰ ਡਾਕਟਰਾਂ ਦੀ ਕਿਉਂ ਨੀ ਬਣਾਈ ਗਈ?
कुछ इन्होंने ये भी गल कही जेड़ा काला कमो है कमो मोहल्ले का कारोबार ही नहीं लिखा गल चल रही थी कि जिन्हें दुकाना होनगियां उन्होंने व्यापारी मनिया जाएगा सर व्यापारी तो रेहड़ी वाला भी है चाहे वह रेहड़ी चला मैं उसनू भी व्यापारी मनदा है असल व्यापार मंडल रेहड़ी वाले की भी वोट चाहिए थी क्योंकि इंसाफ का धक्का तकरीब ना होता पहला चलो रेहड़ी इत्थे ला चलो रेहड़ी उत्थे ला कदे प्रशासन वाले आ जाते कदे सामने दुकान वाला आ जाता वो जवाब कित्थे पाले रेहड़ी वाले कोई सुनता नहीं जनानियां दे सूट वेचदा उहदी वोट बना दिओ जे लेडीज लेडीज सूट वेचदी है तां उह बुटीक है उहदी वोट नहीं बनूगी कि हिंदुस्तान च साडी कांग्रेस भाजपा वड्डियां पार्टियां 50% राखवां करन दे रहीआं सीटां च ते इह कहिंदे वोट दा अधिकार है नहीं तुहानूं इन्हां दे घर दी संस्था इन्हां दे घरे संविधान लिखिया गया 10 मैंबरां दे इन्हां नूं 4 तरीक थाई चानण होऊगा सारा भी इह सोचण ना असीं वोटां पवा लांगे ते लीडरी कर लांगे उह बिल्कुल नहीं होण दित्ता जाऊगा ठीक है जी मैं सिर्फ आ 2 वोटां दा मैनूं इह बंदे दसण उदू बाद मैं इन्हां नूं दसदा वी बाकी की है जाली वोटां बड़े वड्डे पद्धर ते बणाईआं गईआं मैं धर्मिंदर जी शहर दे विच मैं भी चलो छोटा मोटा कारोबार करदा हां मैं कोई किसी गलों कमजोर नहीं है मैं तो 600 वोट बना सकिया 640-645 वोटां दे पैसे मैं जमा कराए इन्हां नूं बाकी कोई 1500-1500 जमा करा गए आई जमा होए ने आ बना दे रेहड़ी वाले का बना दे मतलब जेडे बंदे व्यापार नाल संबंधित नहीं जे एक्वा प्रैशर वाले की वोट बनी है कि हबोर के डाक्टर की वोट बनी है जिहड़ी कि अलाउड ही नहीं सी किसी संस्था ने आ 2 वोटां दी क्लैरिफिकेशन करन पहलां 10 मैंबरी कमेटी उस तो बाद ये शरेआम धांधली हो रही है ठगियां हो रही ने सियासी नेता जिहड़ा हैगा इक इत्थे साडे आपदे आप नूं समझदा है होर दा MLA है नहीं गा उह MLA तां चौधरी सुनील कुमार संदीप कुमार जाखड़ है वह बिना गल तो इहदे च दखलअंदाजी करके एक दूजे बंदे नूं उम्मीदवार नूं जिताउणा चाहुंदे है तुसी मैं आ 2 वोटां की कलैरीफिकेशन मंगी है मैनू आ 2 वोटां की कलैरीफिकेशन देन भी काले कंबोज दे वोट दे अगे उहदा कारोबार क्यों नहीं लिखा गया ठीक है जां एक्वा प्रैशर वाले की वोट क्यों बनी ठीक है मैं तां इन्हां तों 2 ही गल्लां पुछदा ठीक है ये 10 मैंबरी कमेटी है जिहड़ी इन्हां दे इही हालात रहे तां जिहड़ा वोटां वाले दिन इत्थे बहुत ज़्यादा व्यापारिक भाईचारे च नुकसान होऊगा लड़ाई झगड़े होणगे इत्थे कोई भी दंगा होया फसाद होया जां किसे कोई माड़ी कोई साडा बंदा मरदा जां उन्हां दा बंदा कुदरतों ही लड़ाई झगड़े च मर जांदा है उहदी जिम्मेवारी 10 मैंबरी कमेटी होगी असीं प्रशासन तों मंग करदे हां भी इह चुनाव निष्पक्ष कराए जाण सरकारी अधिकारियां दी देखरेख दे विच तां कि जिहड़ा इह है 10 मैंबरी कमेटी आपणी लीडरी ना चमका सके शर्मा जी एक अज एक होर मीटिंग बारे भी चर्चा हो रही है बाजार दे विच कि मीटिंग दे विच तुहानू नहीं बुलाया गया एक दूसरे कैंडीडेट हाँ जी अज देखो जी 10 मैंबरी कमेटी ने एक मीटिंग बुलाई जिहदे च 4 तां पहला मैंबर ही है नहीं सी ठीक है जी 4-5 मैंबर है नहीं सी उदू बाद साडे विरोधी कैंडीडेट नूं उस मीटिंग विच शामिल किया गया ठीक है यह 10 मैंबरी कमेटी जिहड़ी हैगी है स्वयंभू नेता जिहड़े आपदे आप नूं कहाउंदे है पहला यह सफाई देण भी विरोधी कैंडीडेट बाकी क्यों नहीं सदे गए दिमाग चो बहम कढ दे भी मैं इलेक्शन च धक्का कर लूंगा ना सतीश शर्मा धक्का करे ते ना धक्का झले भाईदियां नूं वाण इको जिहा जय हिंद तो दोस्तों सतीश शर्मा जी तुम सुनिया तो आने वाले दिनों असं होर भी कैंडीडेटों इस तरह गलबात करते रहेंगे जिस तरह यह चुनाव अगे वधेगा उस तरह ही जिम्मे बयान आएंगे उन्होंने उपर लगातार गलबात चलती रहेगी तुम देखते रहो उद्यान एक्सप्रैस सारे ही दोस्तों का बहुत बहुत धन्यवाद शुक्रिया